ਮੇਰਾ ਨਾਮ ਸਰੋਜ ਰਾਣੀ। ਕੀ ਮਸਲਾ ਹੋਇਆ ਜੀ? ਵੀਰ ਜੀ, ਉਸ 4 ਤਰੀਕ ਨੂੰ 9/4/2024 ਨੂੰ ਸਾਡੀ ਲੜਾਈ ਹੋਈ ਸੀ ਮੇਰੇ ਹਸਬੈਂਡ ਔਰ ਮੇਰੇ ਸਹੁਰਾ ਪਰਿਵਾਰ ਨੇ। ਮੇਰਾ ਬ੍ਰਦਰ ਲੈਣ ਆਏ ਸੀ, ਪਹਿਲਾਂ ਮੇਰੇ ਹਸਬੈਂਡ ਨੇ ਮੈਨੂੰ ਕਾਫੀ ਕੁੱਟਿਆ ਮਾਰਿਆ ਸੀਗਾ। ਉਸ ਤੋਂ ਬਾਅਦ ਮੇਰੇ ਬ੍ਰਦਰ ਮੈਨੂੰ ਲੈਣ ਲਈ ਆਏ ਸੀਗੇ ਜੀ, ਕੁਛ ਸਮਝਾਉਣ ਲਈ। ਪਹਿਲਾਂ ਤਾਂ ਉਹਨਾਂ ਨੂੰ ਕਹਿੰਦੇ ਮੈਂ ਬੈਠ ਕੇ ਸਮਝਾਊਂਗਾ ਉਹਨਾਂ ਨੂੰ, ਪਰ ਉਹਨਾਂ ਨੇ ਮੇਰੇ ਹਸਬੈਂਡ ਨੇ ਆਪਣੇ ਮਾਂ ਪਿਓ ਨੂੰ ਫੋਨ ਕਰਤਾ ਸੀ ਬ੍ਰਦਰ ਉਹਨਾਂ ਨੂੰ। ਜਦੋਂ ਮੇਰੇ ਬ੍ਰਦਰ ਪਹੁੰਚੇ ਸੀਗੇ ਅਤੇ ਗੱਡੀ ਦੇ ਵਿੱਚ ਸੀਗੇ ਅਤੇ ਮੇਰੇ ਸਹੁਰਾ ਪਰਿਵਾਰ ਸਾਰਾ ਪਹੁੰਚਾਇਆ ਸੀਗਾ। ਮੇਰੇ ਦੋ ਦਿਓਰ ਸੀਗੇ, ਮੇਰਾ ਸਹੁਰਾ ਸਾਹਿਬ ਸੀਗੇ ਔਰ ਮੇਰਾ ਹਸਬੈਂਡ ਤਾਂ ਇੱਥੇ ਸੀ ਘਰ ਵਿੱਚ ਹੀ ਸੀਗੇ। ਪਰ ਜਦੋਂ ਮੇਰੇ ਵੀਰੇ ਨੇ ਗੱਡੀ ਟਰਨ ਕੀਤੀ ਸੀ, ਮੋੜੀ ਸੀਗੀ, ਅਤੇ ਉਹਨਾਂ ਨੇ ਪਹਿਲਾਂ ਗੱਡੀ 'ਤੇ ਤੋੜ ਫੜ ਸ਼ੁਰੂ ਕਰਕੇ, ਉਸ ਤੋਂ ਬਾਅਦ ਬ੍ਰਦਰ ਨੇ ਕਾਫੀ ਸੱਟਾਂ ਮਾਰੀਆਂ, ਮੇਰੇ ਸੱਟਾਂ ਮਾਰੀਆਂ। ਸੱਟਾਂ ਮਾਰਨ ਤੋਂ ਬਾਅਦ ਉਹਨਾਂ ਨੇ ਫੋਨ ਸੀਗੇ ਸਾਡੇ ਕੋਲ, ਫੋਨ ਵੀ ਖੋਲ੍ਹੇ ਸੀਗੇ। ਉਸ ਤੋਂ ਬਾਅਦ ਫਿਰ ਅਸੀਂ ਪੁਲਿਸ ਨੂੰ ਫੋਨ ਕਰਿਆ, ਸਾਨੂੰ ਪੁਲਿਸ ਜਦੋਂ ਲੈਣ ਲਈ ਆਈ ਤਾਂ ਫਿਰ ਉਹਨੇ ਜਦੋਂ ਫਰਾਰ ਹੋ ਗਏ ਸੀਗੇ। ਉਸ ਤੋਂ ਬਾਅਦ ਸਰ ਸਾਡੇ ਅਸੀਂ ਹੋਸਪਿਟਲ ਚਲੇ ਗਏ ਸੀਗੇ। ਹੋਸਪਿਟਲ ਵਿੱਚ ਅਸੀਂ 3 ਦਿਨ ਐਡਮਿਟ ਰਹੇ ਸੀਗੇ। ਉਸ ਤੋਂ ਬਾਅਦ ਜਦੋਂ ਅਸੀਂ ਘਰ ਆਪਣੇ ਪਹੁੰਚੇ, ਅਸੀਂ ਆਪਣੇ ਥਾਣੇ ਵਿੱਚ ਜਾ ਕੇ ਆਪਣੇ ਦਰਖਾਸਤ ਵਗੈਰਾ ਬਿਆਨ ਦਿੱਤੇ ਸੀਗੇ। ਬਿਆਨ ਕਰਨ ਤੋਂ ਬਾਅਦ ਵੀ ਪੁਲਿਸ ਨੇ ਤਾਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ, ਕਿਉਂਕਿ ਅਸੀਂ ਕਾਫੀ ਪੁਲਿਸ ਦੇ ਪੰਚਾਇਤ ਦੇ ਅਸੀਂ ਸਾਰਿਆਂ ਨੂੰ ਕਿਹਾ, ਰਾਜ਼ੀਨਾਮੇ ਲਈ ਕਹਿੰਦੇ ਰਹੇ, ਕੋਈ ਵੀ ਨਹੀਂ ਸਾਡੇ ਕੋਲ ਆਇਆ ਪਹੁੰਚਿਆ ਸਾਡੇ ਤੱਕ। ਫਿਰ ਸਰ ਉਸ ਲਗਾ ਦਿੱਤੀ ਸੀ ਸਰ। ਉਸ ਤੋਂ ਬਾਅਦ ਹਾਂਜੀ ਸਰ, ਉਸ ਤੋਂ ਬਾਅਦ ਨਾ ਇਹਨਾਂ ਨੇ ਅੱਗੇ ਕੋਰਟ ਵਿੱਚ ਕੇਸ ਤੋਰਤਾ ਸੀਗਾ ਸਰ। ਕੋਰਟ ਵਿੱਚ ਕੇਸ ਤੋਰਨ ਤੋਂ ਬਾਅਦ ਨਹੀਂ, FIR ਕੀਤੀ ਹੈ ਪੁਲਿਸ ਨੇ। ਹਾਂਜੀ, ਕਿੰਦੇ ਕਿੰਦੇ ਤੇ ਪਰਚਾ ਆਇਆ ਸਰ? ਜਗਜੀਤ ਸਿੰਘ ਪੁਲਿਸ ਵਿੱਚ ਨੇ, ਔਰ ਰਮੇਸ਼ ਸਿੰਘ ਮੇਰਾ ਸਹੁਰਾ ਸਾਹਿਬ ਨੇ, ਗੁਰਮੀਤ ਸਿੰਘ ਮੇਰਾ ਦਿਓਰ ਹੈ, ਔਰ ਸੁਰਜੀਤ ਸਿੰਘ ਮੇਰੇ ਹਸਬੈਂਡ ਨੇ। ਜਗਜੀਤ ਸਿੰਘ ਕੀ ਲੱਗਦੇ ਤੁਹਾਡੇ? ਮੇਰੇ ਦਿਓਰ ਨੇ। ਦਿਓਰ? ਹਾਂਜੀ। ਅੱਛਾ, ਪਰਚਾ ਹੈਗਾ ਸਾਰਿਆਂ ਤੇ? ਹਾਂਜੀ, ਸਾਰਿਆਂ ਤੇ ਪਰਚਾ। ਠੀਕ ਹੈ। ਹਾਂਜੀ, ਜੋ ਉਹਨਾਂ ਨੇ ਕਾਰਵਾਈ, ਉਹਨਾਂ ਨੇ ਆਪਣਾ ਪਰਚਾ ਦਰਜ ਕਰਤਾ ਸੀਗਾ ਜੀ। ਸਰ ਪਰਚਾ ਦਰਜ ਕਰਨ ਤੋਂ ਬਾਅਦ ਫਿਰ ਪੁਲਿਸ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਇੱਥੇ। ਫਿਰ ਜਦੋਂ ਹਾਈ ਕੋਰਟ ਦੇ ਵੀ ਆਰਡਰ ਆਏ ਸੀਗਾ ਅਰੈਸਟ ਕਰ ਲਏ ਜਗਜੀਤ ਸਿੰਘ ਨੂੰ, ਕਿਉਂਕਿ ਜਗਜੀਤ ਸਿੰਘ ਨੇ ਬਹੁਤ ਜ਼ਿਆਦਾ ਆਪਣਾ ਕੀਤਾ ਸੀ ਨੁਕਸਾਨ, ਗੱਡੀ ਦਾ ਵੀ ਨੁਕਸਾਨ ਕਰਿਆ ਸੀ, ਔਰ ਉਹਨੇ ਮੋਬਾਈਲ ਵੀ ਖੋ ਕੇ ਲੈ ਗਿਆ ਸੀ, ਔਰ ਮੇਰੇ ਵੀ ਕਾਫੀ ਸੱਟਾਂ ਮਾਰੀਆਂ ਸੀਗੀਆਂ, ਜੋ ਕਿ ਮੇਰੇ ਦੰਦ ਵੀ ਇੱਕ ਟੁੱਟ ਗਿਆ ਸੀਗਾ ਸਰ। ਉਸ ਤੋਂ ਬਾਅਦ ਜਦੋਂ ਉਹਨੇ ਆਪਣੇ ਹਾਈ ਕੋਰਟ 'ਚ ਜੱਜ ਸਾਹਿਬ ਨੇ ਇਹਨਾਂ ਨੂੰ ਅਰੈਸਟ ਦੇ ਆਰਡਰ ਦਿੱਤੇ ਸੀਗੇ। DSP ਨੂੰ ਵੀ ਉਹਨਾਂ ਨੇ ਕਿਹਾ ਸੀ, ਕੋਈ DSP ਨੇ ਸੁਣਵਾਈ ਨਹੀਂ ਕੀਤੀ ਸਾਡੀ, ਔਰ SSP ਨੂੰ ਹੁਣ ਉਹਨਾਂ ਨੇ 13 ਤਰੀਕ ਨੂੰ SSP ਨੂੰ ਕਿਹਾ ਸਰ, ਉਹ ਵੀ ਅਜੇ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੇ ਸਰ। ਮੈਨੂੰ ਸਟੇ ਮਿਲਿਆ ਸੀ ਘਰ ਦਾ, ਮੈਂ ਆਪਣੇ ਘਰ 'ਚ ਜਦੋਂ ਕੱਲ੍ਹ ਆ ਕੇ ਰਹੀ, ਔਰ ਸਰ ਉਹਨਾਂ ਨੇ ਮੇਰੇ ਜਿਹੜੇ ਸਹੁਰਾ ਪਰਿਵਾਰ ਸਾਰਾ ਸਰ ਉਹ ਮੈਨੂੰ ਧਮਕੀਆਂ ਦੇ ਰਹੇ ਨੇ, ਕਹਿੰਦੇ ਮੈਂ ਘਰ ਵਿੱਚ ਤੈਨੂੰ ਅਸੀਂ ਰਹਿਣ ਨਹੀਂ ਦੇਣਾ ਅਤੇ ਅਸੀਂ ਤੈਨੂੰ ਘਰ ਤੋਂ ਬਾਹਰ ਕੱਢ ਦੇਣਾ ਸਰ। ਸਾਨੂੰ ਦੋਨਾਂ ਨੂੰ ਮਾਂ ਪੁੱਤਰੋਂ ਬਹੁਤ ਜ਼ਿਆਦਾ ਖਤਰਾ ਹੈ, ਅਤੇ ਸਾਡੇ ਸੁਣਵਾਈ ਕੀਤੀ ਜਾਏ, ਕਿਉਂਕਿ ਮੇਰੇ ਹਸਬੈਂਡ ਤਾਂ ਡਿਊਟੀ 'ਤੇ ਨੇ, ਔਰ ਮੇਰਾ ਜਗਜੀਤ ਸਿੰਘ ਮੇਰਾ ਦਿਓਰ ਹੈ, ਗੁਰਮੀਤ ਸਿੰਘ ਮੇਰਾ ਦਿਓਰ ਹੈ, ਔਰ ਹਰਮੇਸ਼ ਸਿੰਘ ਮੇਰਾ ਸਹੁਰਾ ਸਾਹਿਬ, ਅਤੇ ਔਰ 2-3 ਇੱਥੇ ਸਾਡੇ ਆਂਢ ਗੁਆਂਢੀ ਨੇ, ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੇ ਨੇ। ਤੁਸੀਂ ਹੁਣ ਇੱਥੇ ਕੌਣ ਕੌਣ ਰਹਿ ਰਹੇ ਹੋ? ਸਰ ਇੱਥੇ ਅਸੀਂ ਦੋਨੋਂ ਮਾਂ ਪੁੱਤ ਰਹਿ ਰਹੇ। ਅੱਛਾ, ਮਾਂ ਪੁੱਤ ਇਕੱਲੇ ਰਹਿ ਰਹੇ? ਹਾਂਜੀ ਸਰ। ਅੱਛਾ, ਤੇ ਤੁਹਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ? ਹਾਂਜੀ ਸਰ, ਸਾਨੂੰ ਧਮਕੀਆਂ ਦੇ ਰਹੇ ਨੇ। ਕਾਹਦੀਆਂ? ਘਰੋਂ ਬਾਹਰ ਨਿਕਲਣ ਦੀਆਂ? ਹਾਂ, ਘਰ ਤੋਂ ਬਾਹਰ ਨਿਕਲ ਜਾ ਸਰ। ਕੱਲ ਉਹਨਾਂ ਨੇ ਪੁਲਿਸ ਵੀ ਭੇਜੀ ਸੀਗੀ, ਤੇ ਪੁਲਿਸ ਵੀ ਕਹਿ ਰਹੀ ਸੀ ਤਾਲਾ ਬੰਦ ਕਰਕੇ ਘਰ ਤੋਂ ਚਲੀ ਜਾਓ। ਸਰ ਮੇਰਾ ਘਰ ਹੈ, ਮੈਂ ਤਾਲਾ ਬੰਦ ਕਰਕੇ ਕਿਉਂ ਘਰ ਤੋਂ ਜਾਵਾਂ? ਮੈਂ ਆਪਣੇ ਛੋਟੇ ਜਿਹੇ ਬੱਚੇ ਨੂੰ 8 ਕਿਲੋਮੀਟਰ ਤੋਂ ਪਹਿਲਾਂ 2-4 ਦਿਨ ਛੱਡਣ ਲਈ ਆਉਂਦੀ ਰਹੀ ਸੀਗੀ। ਮੈਂ ਆਪਣੇ ਇੰਨੀ ਦੂਰ ਬੱਚੇ ਨੂੰ ਕਿਉਂ ਛੱਡਣ ਜਾਏ? ਮੇਰੇ ਸਕੂਲ ਵੀ ਮੇਰੇ ਬੱਚੇ ਦੇ ਕੁਬਾਏ ਵਿੱਚ ਹੈ ਸਰ। ਮੈਂ ਆਪਣੇ ਬੱਚੇ, ਠੰਡ ਹੈਗੀ, ਮੈਂ ਆਪਣੇ ਬੱਚੇ ਨੂੰ ਇੱਥੇ ਰੱਖ ਕੇ ਬਣਾਉਣਾ ਚਾਹੁੰਦੀ ਹਾਂ, ਪਰ ਮੈਨੂੰ ਰਹਿਣ ਨਹੀਂ ਦੇ ਰਹੇ ਮੇਰਾ ਸਹੁਰਾ ਪਰਿਵਾਰ। ਤੇ ਹੁਣ FIR ਹੋ ਚੁੱਕੀ ਹੈ, ਕੋਰਟ ਨੇ ਆਰਡਰ ਦੇ ਦਿੱਤੇ, ਤਾਂ ਵੀ ਅਰੈਸਟ ਨਹੀਂ ਕਰ ਰਹੇ? ਨਹੀਂ ਕਰ ਰਹੇ, ਨਾ ਤਾਂ DSP ਸਾਡੀ ਸੁਣੀ। ਅਸੀਂ DSP ਕੋਲ ਬਹੁਤ ਵਾਰੀ ਗਏ, ਮੈਂ ਛੋਟੇ ਜਿਹੇ ਬੱਚੇ ਨੂੰ ਲੈ ਕੇ ਜਾਂਦੀ ਰਹੀ ਉਹਨਾਂ ਕੋਲ,
ਪਰ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗੀ। ਔਰ ਅਸੀਂ ਜਦੋਂ ਇੱਥੇ ਆਪਣੀ ਚੌਕੀ ਵਿੱਚ ਜਾ ਕੇ ਕਹਿੰਦੇ ਹਾਂ, ਬਸ ਇੱਕੋ ਕਹਿੰਦੇ ਨੇ ਘਰ, ਅਸੀਂ ਗਏ ਸੀ ਕਿ ਘਰ ਮਿਲੇ ਨਹੀਂ, ਅਸੀਂ ਗਏ ਸੀ ਘਰ ਮਿਲੇ ਨਹੀਂ, ਕਿਸੇ ਨੂੰ ਵੀ ਅਰੈਸਟ ਨਹੀਂ ਕਰ ਰਹੇ। ਹੁਣ ਤੁਸੀਂ ਮੰਗ ਕੀ ਕਰਦੇ ਹੋ? ਸਰ ਮੈਂ ਤਾਂ ਇਹ ਮੰਗ ਰਹੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਅਰੈਸਟ ਕੀਤਾ ਜਾਏ, ਔਰ ਮੈਂ ਘਰ ਵਿੱਚ ਰਹਿ ਰਹੀ, ਮੈਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਕੀਤੀ ਜਾਏ, ਪਰੇਸ਼ਾਨ ਨਾ ਕਰਨ ਮੈਨੂੰ। ਠੀਕ ਹੈ, ਕੀ ਨਾਮ ਹੈ ਤੁਹਾਡਾ? ਹਾਂਜੀ ਮੇਰਾ ਨਾਮ ਸਰੋਜ ਰਾਣੀ। ਸਰੋਜ ਰਾਣੀ। ਪਤੀ ਦਾ, ਪਤੀ ਦਾ ਕੀ ਨਾਮ? ਸੁਰਜੀਤ ਸਿੰਘ। ਪਿੰਡ? ਪਿੰਡ ਘੁਬਾਇਆ ਕਲੋਨੀ। ਠੀਕ ਜੀ ਸਰ, ਘੁਬਾਇਆ ਕਲੋਨੀਆਂ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਸਰੋਜ ਰਾਣੀ ਆ, ਉਸਨੇ ਕਿਹਾ ਕਿ ਉਸਦੀ ਲੜਾਈ ਝਗੜਾ ਆਪਣੇ ਸਹੁਰੇ ਪਰਿਵਾਰ ਨਾਲ, ਉਸਦੇ ਪਤੀ ਨਾਲ ਹੋਇਆ ਸੀ, ਔਰ ਉਸਦੇ ਵਿੱਚ ਉਸਦਾ ਭਰਾ ਵੀ ਜ਼ਖਮੀ ਹੋਇਆ, ਕਾਰ ਵੀ ਖਪਾ ਦਿੱਤੀ ਗਈ। ਇਹਦੇ ਵਿੱਚ ਐਫ ਆਈ ਆਰ ਵੀ ਦਰਜ ਹੋਈ, ਕੀ ਹੈਗਾ ਇਹ? ਇਹ ਜੀ ਆਪਣੇ 27/9/24 ਨੂੰ ਜਿਹੜੀ ਹੈ ਸਰੋਜ ਰਾਣੀ ਦਾ ਅਸੀਂ ਬਿਆਨ ਲਿਖ ਕੇ ਮੁਕੱਦਮਾ ਦਰਜ ਕੀਤਾ। ਇਹ ਚਾਰ ਬੰਦੇ 'ਤੇ ਪਰਚਾ ਦਰਜ ਕੀਤਾ ਅਤੇ ਤਿੰਨ ਚਾਰ ਇਹਦੇ ਚਾਰ ਪਛਾਤੇ ਹੈ, ਜਿਹਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਹੈ। ਬਟ ਇਹਨੇ ਸਿਰਫ ਉਹਦਾ ਨਾਂ ਲਿਖਾਇਆ, ਸਾਨੂੰ ਪੁਲਿਸ ਮੁਲਾਜ਼ਮ ਦਾ ਜ਼ਿਕਰ ਨਹੀਂ ਕੀਤਾ, ਜਿਸ ਕਰਕੇ ਸਾਨੂੰ ਥੋੜ੍ਹੀ ਜਿਹੀ ਮੁਸ਼ਕਲ ਆਈ ਇਹਦੇ ਵਿੱਚ। ਬਟ ਹੁਣ ਅਸੀਂ ਜਿਹੜਾ ਇਹਨੇ ਪਰਚਾ ਦਰਜ ਕਰਾਇਆ ਉਹਦੇ ਵਿੱਚ ਅਸੀਂ ਕਾਂਸਟੇਬਲ ਦੇ ਖਿਲਾਫ ਜਿਹੜੀ ਹੈ ਬਣਦੀ ਕਾਨੂੰਨੀ ਕਾਰਵਾਈ ਜਿਹੜੇ ਵੱਖਰੀ ਲਿਖ ਕੇ ਮਹਿਕਮੇ ਨੂੰ ਦਿੱਤੀ ਹੈ, ਅਤੇ ਦੋਸ਼ੀਆਂ 'ਤੇ ਅਸੀਂ ਰੇਡ ਕਰ ਰਹੇ ਹਾਂ। ਬਟ ਉਹਨਾਂ ਦੇ ਘਰਾਂ ਨੂੰ ਤਾਲੇ ਲੱਗੇ ਹੈ, ਫੋਨ ਬੰਦ ਹੈ। ਅਸੀਂ ਜਲਦੀ ਹੀ ਇਹਦੇ ਵੱਲੋਂ ਜਿਹੜੀ ਕੰਪਲੇਂਟ ਹੈ, ਸ਼ਿਕਾਇਤ ਇਹਨੇ ਦਰਜ ਕਰਾਈ ਹੈ, ਅਸੀਂ ਉਹਦੇ 'ਚ ਜਲਦੀ ਅਰੈਸਟ ਕਰਕੇ ਇਹਨਾਂ ਨੂੰ ਜਿਹੜਾ ਜੇਲ੍ਹ 'ਚ ਪਹੁੰਚਾਵਾਂਗੇ ਅਤੇ ਇਹਨੂੰ ਇਨਸਾਫ਼ ਦਿਵਾਵਾਂਗੇ ਸਰੋਜ ਰਾਣੀ ਨੂੰ। ਸਰ, ਸਰੋਜ ਰਾਣੀ ਦਾ ਕਹਿਣਾ ਕਿ ਉਹ ਆਪਣੇ ਘਰ ਦੇ ਵਿੱਚ ਦੁਬਾਰੇ ਜਿਹੜਾ ਕਿ ਆਪਣੇ ਬੱਚੇ ਸਮੇਤ ਪਹੁੰਚੀ ਹੈ, ਤਾਂ ਉਹਨੂੰ ਫੇਰ ਦੁਬਾਰੇ ਤੋਂ ਧਮਕਾਇਆ ਜਾ ਰਿਹਾ, ਡਰਾਇਆ ਜਾ ਰਿਹਾ, ਘਰ ਦੇ ਵਿੱਚ ਤੂੰ ਨਾ ਰਹਿ। ਨਹੀਂ, ਉਹਨੂੰ ਅਜੇ ਅਜੇ ਹੀ ਆਪਣੀ ਮੁਸ਼ਕਲ ਲਿਆਉਣ ਦਿੱਤੀ ਜਾਊਗੀ ਉਹਨੂੰ, ਫਿਊਚਰ ਵਿੱਚ ਅਜੇ ਹੀ ਮੁਸ਼ਕਲ ਲਿਆਉਣ ਦੂਗੀ। ਠੀਕ ਹੈ, ਲੜਾਈ ਅਤੇ ਜਿਹੜੀ ਉਹਨਾਂ ਦਾ ਉਹ ਵੱਖ ਮੈਟਰ ਹੈ, ਬਾਕੀ ਉਹਨੂੰ ਅਸੀਂ ਆਪਾਂ ਘਰ 'ਚ ਰੋਕਣ ਤੋਂ ਨਹੀਂ, ਆਪਣੇ ਰਹਿਣ 'ਚ ਨਹੀਂ ਰੋਕ ਸਕਦੇ ਅਸੀਂ ਉਹਨੂੰ, ਅਤੇ ਨਾ ਹੀ ਮੈਂ ਕਿਸੇ ਨੂੰ ਰੋਕਣ ਦੇਵਾਂਗਾ ਜੀ। ਠੀਕ ਹੈ।